ਬਹੁਤ ਹੀ ਸਤਿਕਾਰਯੋਗ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸ਼੍ਰੋਮਣੀ ਅਕਾਲੀ ਦਲ ਦੇ ਦੁਬਾਰਾ ਚੁਣੇ ਗਏ ਪ੍ਰਧਾਨ ਸਾਹਿਬ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਔਰ ਅੱਜ ਦੇ ਡੈਲੀਗੇਟ ਅਜਲਾਸ ਦੇ ਵਿੱਚ ਆਏ ਸਾਰੇ ਡੈਲੀਗੇਟ ਸਾਹਿਬਾਨ, ਬੇਨਤੀ ਕਰਦਾ ਕਿ ਜੋ ਬਾਦਲ ਪਰਿਵਾਰ ਦੀਆਂ ਕੁਰਬਾਨੀਆਂ ਨੇ ਪੰਜਾਬ ਪ੍ਰਦੇਸ਼ ਦੀ ਸਾਰੀ ਸਟੇਜ ਤੇ ਦੱਸੀ ਜਾਵੇ, ਪਰ ਮੈਨੂੰ ਹੁਕਮ ਹੋਇਆ ਕਿ ਕੇਵਲ ਮਤੇ ਪੜ੍ਹਦੇ ਹਾਂ ਤੇ ਮੈਨੂੰ ਜਿਹੜਾ ਮਤਾ ਦਿੱਤਾ ਗਿਆ ਜਿਹੜਾ ਪੜ੍ਹਨਾ ਆ ਉਹ ਮਤਾ ਉਹ ਆ ਜਿਹਦੇ ਲਈ ਬਾਦਲ ਸਾਹਿਬ ਨੇ 18 ਸਾਲ ਜੇਲ੍ਹਾਂ ਕੱਟੀਆਂ, ਉਹ ਮਤਾ ਆ ਜਿਹਦੇ ਹੱਕ ਲੈਣ ਲਈ ਤੁਹਾਡੇ ਵਿੱਚੋਂ ਤੁਹਾਡੇ ਬਜ਼ੁਰਗਾਂ ਨੇ ਤੁਸੀਂ ਬਹੁਤ ਸਾਰਿਆਂ ਨੇ ਜੇਲ੍ਹਾਂ ਕੱਟੀਆਂ। ਇਹ ਮਤਾ ਆ ਉਸ ਵੇਲੇ ਅਕਾਲੀ ਦਲ ਨੂੰ ਜਿਉਂਦੇ ਰੱਖਣ ਵਾਸਤੇ ਸਾਡੇ ਬਜ਼ੁਰਗਾਂ ਨੇ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ। ਜਿਹੜਾ ਨੀਲੀ ਪੱਗ ਬੰਨ ਲੈਂਦਾ ਸੀਗਾ ਉਹਦੇ ਘਰ ਦੀ ਵੀ ਕੁਰਕੀ ਹੁੰਦੀ ਸੀ ਤੇ ਉਹਦੇ ਪਰਿਵਾਰ ਨੂੰ ਬੇਘਰ ਹੋਣਾ ਪੈਂਦਾ ਸੀਗਾ ਤੇ ਉਸ ਵੇਲੇ ਦੇ ਜਿਹੜੇ ਬਜ਼ੁਰਗਾਂ ਨੇ ਕੇਵਲ ਸ਼੍ਰੋਮਣੀ ਅਕਾਲੀ ਦਲ ਨੂੰ ਜਿਉਂਦਾ ਰੱਖਣ ਵਾਸਤੇ ਉਦੋਂ ਕੋਈ ਅਹੁਦੇਦਾਰੀ ਦੀ ਗੱਲ ਨਹੀਂ ਸੀ, ਉਦੋਂ ਕੋਈ ਚੇਅਰਮੈਨ ਦੀ MLA MP ਦੀ ਗੱਲ ਨਹੀਂ ਸੀ, ਉਦੋਂ ਤਾਂ ਕੇਵਲ ਜੇਲ੍ਹਾਂ ਸੀਗੀਆਂ। ਉਹਨਾਂ ਨੇ ਪਾਰਟੀ ਨੂੰ ਜਿਉਂਦਿਆਂ ਰੱਖਣ ਵਾਸਤੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਸ਼ਹਾਦਤਾਂ ਵੀ ਹੋਈਆਂ ਬਹੁਤ ਸਾਰੀਆਂ। ਤੇ ਇਸ ਕਰਕੇ ਜਿਹੜਾ ਮੈਂ ਮਤਾ ਪੜ੍ਹ ਰਿਹਾ ਉਹ ਮਤਾ ਜਿਹਦੇ ਲਈ ਸ਼੍ਰੋਮਣੀ ਅਕਾਲੀ ਦਲ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸੰਘਰਸ਼ ਦੇ ਵਿੱਚ ਤੁਰਿਆ ਆਇਆ ਕਿ ਹੱਕ ਸਾਨੂੰ ਮਿਲਣੇ ਚਾਹੀਦੇ ਆ। ਤੇ ਮੈਂ ਬੇਨਤੀ ਕਰਾਂਗਾ ਕਿ ਮਤਾ ਅੱਜ ਦੀ ਇਕੱਤਰਤਾ ਦੇਸ਼ ਵਿੱਚ ਸਹੀ ਅਰਥਾਂ ਵਿੱਚ ਮੁਕੰਮਲ ਫੈਡਰਲ ਢਾਂਚੇ ਦੀ ਸਥਾਪਤੀ ਦੀ ਮੰਗ ਕਰਦੀ ਹੈ। ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਲੈ ਕੇ ਅੱਜ ਤੱਕ ਇਹ ਵਿਸ਼ਵਾਸ ਦਰਾਉਂਦੀ ਰਹੀ ਹੈ ਕਿ ਭਾਰਤ ਇੱਕ ਬਹੁ ਧਰਮੀ, ਬਹੁ ਕੌਮੀ, ਬਹੁ ਭਾਸ਼ਾਈ, ਬਹੁ ਨਸਲੀ, ਬਹੁ ਖੇਤਰੀ ਦੇਸ਼ ਹੈ ਜਿਸ ਦੀ ਬਹੁਤ ਰੰਗੀ ਅਨੇਕਤਾ ਹੈ। ਇਸ ਵਿਲੱਖਣਤਾ ਇਸ ਲਈ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਅੰਬੇਦਕਰ ਜੀ ਨੇ ਫੈਡਰਲ ਢਾਂਚੇ ਦੀ ਸਥਾਪਤੀ ਰਾਹੀਂ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਜ਼ਰੂਰਤ ਉੱਤੇ ਸੱਤ ਵੱਧ ਜ਼ੋਰ ਦਿੱਤਾ ਸੀਗਾ। ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੇ ਵਿੱਚ ਸਹੀ ਅਰਥਾਂ ਵਿੱਚ ਫੈਡਰਲ ਢਾਂਚੇ ਦੀ ਸਥਾਪਤੀ ਲਈ ਲੰਬੇ ਪਰ ਅਮਨ ਲੋਕ ਰਾਜੀ ਸੰਘਰਸ਼ ਕਰਦਾ ਆਇਆ ਹੈ। ਹਾਲਾਂਕਿ ਇਸ ਲਈ ਪਾਰਟੀ ਨੂੰ ਬੇਮਿਸਾਲ ਕੁਰਬਾਨੀਆਂ ਦੇਣੀਆਂ ਪਈਆਂ ਕਿਉਂਕਿ ਪਾਰਟੀ ਦਾ ਇਹ ਵਿਸ਼ਵਾਸ ਹੈ ਕਿ ਰਾਜਾਂ ਦੇ ਮਜ਼ਬੂਤ ਹੋਣ ਨਾਲ ਹੀ ਦੇਸ਼ ਮਜ਼ਬੂਤ ਹੋ ਸਕਦਾ ਹੈ। ਭਾਰਤ ਨੂੰ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਬਣਾਉਣ ਲਈ ਦੇਸ਼ ਨੂੰ ਫੈਡਰਲ ਢਾਂਚੇ ਉੱਤੇ ਸਥਾਪਿਤ ਕਰਨ ਦੀ ਲੋੜ ਹੈ। ਇਹ ਮਤਾ ਕਿਉਂਕਿ ਅੱਜ ਲੋੜ ਹੈ ਕਿ ਆਪਾਂ ਲੰਮੇ ਸਮੇਂ ਤੋਂ ਇਹ ਮੰਗ ਕਰਦੇ ਆ ਰਹੇ ਹਾਂ ਕਿ ਫੈਡਰਲ ਢਾਂਚਾ ਹੋਣਾ ਚਾਹੀਦਾ, ਸਾਨੂੰ ਵੱਧ ਅਧਿਕਾਰ ਮਿਲਣੇ ਚਾਹੀਦੇ ਆ। ਤੇ ਇਹਦੇ ਲਈ ਮੈਂ ਬੇਨਤੀ ਕਰਾਂਗਾ ਕਿ ਇਹ ਬਹੁਤ ਸ਼੍ਰੋਮਣੀ ਅਕਾਲੀ ਦਲ ਲੰਮੇ ਸਮੇਂ ਤੋਂ ਸੰਘਰਸ਼ ਹੋਰ ਕੋਈ ਪਾਰਟੀ ਨਹੀਂ ਕਰਦੀ, ਸਾਰੇ ਦੇਸ਼ ਦੇ ਵਿੱਚ 28 ਸੂਬੇ ਨੇ ਦੇਸ਼ ਦੇ, ਕੇਵਲ ਇੱਕੋ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਜਿਹੜਾ ਇਹਦੇ ਲਈ ਸੰਘਰਸ਼ ਕਰਦਾ ਆ, ਮੰਗ ਕਰਦਾ ਆ ਰਿਹਾ ਹੈ। ਅਧਿਕਾਰ ਸਾਰਿਆਂ ਨੂੰ ਮਿਲਣੇ ਆ ਲੇਕਿਨ ਮੰਗ ਸ਼੍ਰੋਮਣੀ ਅਕਾਲੀ ਦਲ ਦੀ ਹੈ। ਤਾਂ ਮੈਂ ਇਹਦੇ ਲਈ ਤੁਹਾਡੇ ਅੱਗੇ ਬੇਨਤੀ ਕਰਦਾ ਕਿ ਮਤੇ ਦੀ ਪ੍ਰਵਾਨਗੀ ਦਿੱਤੀ ਜਾਵੇ। ਬੋਲੋ ਨਿਹਾਲ, ਸਰਦਾਰ ਗੁਰਮੁਖ ਸਿੰਘ ਜੀ ਸੇਖਾ ਸਾਹਿਬ, ਉਹਨਾਂ ਤੋਂ ਬਾਅਦ ਸਰਦਾਰ ਜੱਸਾ ਸਿੰਘ ਜੀ ਦਾ ਇੱਕੋ ਆ, ਫਿਰ ਸ੍ਰੀ ਪ੍ਰਕਾਸ਼ ਚੰਦ ਜੀ ਮਿਰਕ ਸਾਹਿਬ।